ਚਾਕਦੇ ਸੀ ਮਹੀਨਾ ਚੀਕੇ ਇਹ ਆ ਤੈਨੂੰ ਖੜੀ ਸੀਆਂ ਸਾਡਾ ਭੈਣੀ ਭਾਈ ਕੋਈ ਵੀ ਰਲ ਮਿਲਦੇ ਅਸਾਂ ਔਰਤਾਂ ਹੈ ਮੇਰੀ ਬੇਟੀ ਵੀ ਹੈ ਮੈਂ ਵੀ ਹਾਂ ਅਸਾਂ ਹੁਣ ਤੱਕ ਐਠਾ ਸਾਰਾ ਖਾਲੀ ਦਿਖਾ ਦਿੱਤੇ ਸੀ ਅਸਾਂ ਕਿੱਥੋਂ ਮੰਨੂ ਅਸਾਂ ਇਤਨੇ ਮਜ਼ਬੂਰ ਹੈ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਮੇਰੇ ਪਿਆਰੇ ਭੈਣ ਭਾਈਓ ਮੈਂ ਵੀ ਠੀਕ ਹੂੰ ਅੱਲਾਹ ਤਾਲਾ ਸੇ ਫਜ਼ਲ ਕਰਮ ਸੇ ਆਪ ਵੀ ਠੀਕ ਹੋਂਗੇ ਇਸ ਦੁਆ ਕੇ ਸਾਥ ਆਪਕੋ ਜੋ ਮੈਂ ਵੀਡੀਓ ਵੀ ਬਣਾ ਕੇ ਦਿਖਾਤਾ ਹੂੰ ਆਪਕੋ ਜੋ ਹੈ ਅੱਜ ਆਖਰੀ ਦਿਨ ਹੈ ਈਦ ਦਾ ਤੋ ਈਦ ਮੁਬਾਰਕ ਹੋਵੇ ਤੋ ਕੋਈ ਮੇਰੇ ਪਿਆਰੇ ਭੈਣ ਭਾਈ ਕਹਿੰਦੇ ਸੀ ਜੋ ਬਾਬਾ ਤੂੰ ਥੋੜ੍ਹੀ ਜਿਹੀ ਸਬਜ਼ੀ ਬੀਜ ਲੈ ਤੋ ਇਹ ਹਾਲਾਤ ਹੈਗੀ ਦੇਖ ਲਓ ਜੇ ਰਕਬਾ ਜੋ ਹੈ ਜਿਸ ਵੇਲੇ ਪਾਣੀ ਲਾਉਂਦੇ ਨੇ ਨਾ ਪਾਣੀ ਤੋਂ ਬਾਅਦ ਜਿਹੜਾ ਨਾ ਰਕਬਾ ਐਵੇਂ ਹੋ ਜਾਂਦਾ ਹੈ ਜਿਵੇਂ ਪੱਥਰ ਹੋਵੇ ਐਵੇਂ ਹੋ ਜਾਂਦਾ ਇੱਥੇ ਸਬਜ਼ੀ ਕੋਈ ਚੀਜ਼ ਨਹੀਂ ਹੁੰਦੀ ਬੜੀ ਔਖੀ ਹੁੰਦੀ ਸਵਾਏ ਧਾਂਜ ਕਿਨੂੰ ਸਵਾ ਹੋਰ ਕੁਛ ਨਹੀਂ ਹੁੰਦਾ ਤੋ ਦਰਖਤ ਮੇਰੇ ਤੋਂ ਹੈ ਨਾ ਅੱਜ ਤੋਂ 10 ਸਾਲ 5 ਸਾਲਾਂ ਦੇ ਹੋਏ ਖੜੇ ਨੇ 10 ਸਾਲਾਂ ਦੇ ਇੰਨੇ ਹੋਏ ਨੇ ਹਾਲਾਂਕਿ ਮੈਂ ਥੱਲੇ ਜੋ ਹੈ ਨਾ ਇਹਨਾਂ ਦੇ ਖੱਡੇ ਵੀ ਮਾਰੇ ਸੀ ਮੇਰੀ ਜਗ੍ਹਾ ਸਬਜ਼ੀ ਜੋਗੀ ਹੈਗੀ ਤੋ ਮੈਂ ਆਪਣਾ ਕੋਈ ਪਾਣੀ ਬਣਾਵਾਂਗਾ ਫਿਰ ਇੱਥੋਂ ਉਹਨਾਂ ਮਿੱਟੀ ਚੁਕਾਵਾਂਗਾ ਚੁਕਵਾ ਕੇ ਅਤੇ ਫਿਰ ਮੈਂ ਮਿੱਟੀ ਉੱਥੋਂ ਜੰਗਲ 'ਚ ਲਿਆਵਾਂਗਾ ਰੇਤ ਉਹ ਸੁੱਟਾਂਗਾ ਅਤੇ ਫਿਰ ਸਬਜ਼ੀ ਬੀਜਾਂਗਾ ਐਵੇਂ ਕੁਛ ਨਹੀਂ ਹੁੰਦੀ ਥੱਲੇ ਇਹਨੂੰ ਪਾਣੀ ਲਾਈਏ ਤਾਂ ਐਵੇਂ ਪੱਥਰ ਹੋ ਜਾਂਦੀ ਐਸਾ ਰਕਬਾ ਹੈਗਾ ਅੱਲਾਹ ਤਾਲਾ ਆਪਕੋ ਖੁਸ਼ ਰੱਖੇ ਅੱਲਾਹ ਤਾਲਾ ਆਪਕੋ ਖੁਸ਼ ਰੱਖੇ ਇਹ ਰਕਬਾ ਜੋ ਹੈ ਨਾ ਜ਼ਰਾ ਸ਼ੋਰ ਅਤੇ ਨਾਲੇ ਪੱਕਾ ਹੈਗਾ ਪੱਕਾ ਇਤਨਾ ਹੈਗਾ ਜੋ ਵੱਡੇ ਦਰਖਤ ਹੀ ਬੜੇ ਔਖੇ ਹੁੰਦੇ ਨੇ ਦੋ ਜਵਾਨਾਂ 'ਤੇ 10 ਫੁੱਟ ਹੋ ਕੇ ਫਿਰ ਵੀ ਇਹ ਸੜ ਜਾਂਦੇ ਨੇ ਥੋੜ੍ਹੇ ਚਾਹੇ ਇਹਨਾਂ ਨੂੰ ਪਾਣੀ ਵੀ ਪਾਈ ਰੱਖੋ ਫਿਰ ਵੀ ਸੜ ਜਾਂਦੇ ਨੇ ਮੇਰੀ ਆਹ ਜਗ੍ਹਾ ਥੋੜ੍ਹੀ ਜਿਹੀ ਬੱਚੀ ਪਈ ਸੀ ਮੈਂ ਸੋਚਿਆ ਤੋ ਮੈਂ ਇੱਥੇ ਇਹਨੂੰ ਕੋਈ ਬੀਜਾਂ ਤੋ ਮੈਂ ਸੋਚਿਆ ਕੁਛ ਨਹੀਂ ਹੁੰਦਾ ਤੱਲੇ ਸ਼ੋਰ ਹੈ ਅਤੇ ਲੇਕਿਨ ਪੱਕਾ ਰਕਬਾ ਹੈ ਬਹੁਤ ਕੁਛ ਹੁੰਦੀ ਨਹੀਂ ਇਹ ਤਾਂ ਕੋਈ ਹੋਰ ਇਹਦਾ ਸਿਲਸਿਲਾ ਕਰਨਾ ਪਵੇਗਾ ਕੋਈ ਹੋਰ ਸੋਚਣਾ ਪਵੇਗਾ ਇੱਥੋਂ ਮਿੱਟੀ ਝੁਕਾ ਕੇ ਹੋਰ ਜਗ੍ਹਾ ਕਿੱਥੇ ਸੁੱਟਣੀ ਪਵੇਗੀ ਇਹ ਮੇਰੇ ਪਿਆਰੇ ਭੈਣ ਭਾਈਓ ਕੌੜਾ ਰਕਬਾ ਹੈਗਾ ਮੈਨੂੰ ਬਹੁਤ ਸਬਜ਼ੀ ਦਾ ਸ਼ੌਂਕ ਸੀ ਤੋ ਮੈਂ ਸੋਚਿਆ ਮੈਂ ਕਿਹਾ ਮੈਂ ਇੱਥੇ ਸਬਜ਼ੀ ਆਪਣੀ ਬਣਾਈ ਰੱਖੂੰਗਾ ਚਲੋ ਹੁਣ ਮੇਰੇ ਕੋਲੋਂ ਮਜ਼ਦੂਰੀ ਹੁੰਦੀ ਨਹੀਂ ਚਲੋ ਵੀ ਮੈਂ ਆਪਣੇ ਕੋਈ ਸਬਜ਼ੀ ਵੀ ਪੱਟ ਕੇ ਅਤੇ ਵੇਚ ਆਉਂਦਾ ਰਹੂੰਗਾ ਤੋ ਇਹ ਇੱਥੇ ਮਿਲਦੀ ਹੈ ਗੱਟੂ ਮਿਲਦਾ ਨੇ 200 ਰੁਪਏ ਦਾ 300 ਰੁਪਏ ਦਾ ਉਹ ਇਹਨੂੰ ਖਤਮ ਕਰਦਾ ਕੋੜ ਨੂੰ ਉਹ ਥੋੜ੍ਹਾ ਜਿਹਾ ਮਿਲਦਾ ਉਹ ਲਿਆਵਾਂਗਾ ਅਤੇ ਉਹ ਵੀ ਸੱਟ ਕੇ ਮੈਂ ਦੇਖਾਂਗਾ ਸੱਟ ਕੇ ਉਹ ਕਹਿੰਦੇ ਨੇ ਬੰਦੇ ਮੈਨੂੰ ਬਾਹਰੋਂ ਜਿਹੜੇ ਹਮਸਾਏ ਮੇਰੇ ਨੇ ਉਹ ਕਹਿੰਦੇ ਨੇ ਬਾਬਾ ਤੂੰ ਉਹ ਚੂਨੇ ਵਾਲਾ ਗੱਟੂ ਲਿਆ ਉਹ ਸੁੱਟ ਥੱਲੇ ਪੱਕਾ ਰਕਬਾ ਜੋ ਹੈ ਇਹ ਵੀ ਨਰਮ ਹੋ ਜਾ ਸੀ ਲੇਕਿਨ ਜਿਹੜਾ ਕੌੜਾ ਹੈਗਾ ਇਹ ਸ਼ੋਰ ਹੈਗੀ ਇਹ ਵੀ ਖਤਮ ਹੋ ਜਾਏਗੀ ਤੋ ਜਾਣੇ ਮਦੀਨੇ ਵਾਲਾ ਅੱਲਾਹ ਤਾਲਾ ਆਪਕੋ ਖੁਸ਼ ਰੱਖੇ ਤੋ ਨਿਭਾਉਂਦੇ ਪਏ ਅਸਲਾਮ ਅਲੈਕੁਮ ਮੇਰੇ ਪਿਆਰੇ ਵੀਰ ਅਸਾਂ ਵੀ ਠੀਕ ਹੈ ਅੱਲਾਹ ਦਾ ਸ਼ੁਕਰ ਹੈ ਤੁਸੀਂ ਠੀਕ ਹੋ ਤੋ ਦੇ ਅੱਜ ਦੀ ਵੀਡੀਓ ਵੀ ਤੱਕ ਬੜਾ ਤੇ ਦਿਖਾਉਂਦੇ ਪਏ ਅੱਜ ਈਦ ਦਾ ਹੈ 3ਜਾ ਦਿਨ ਸਮਝੋ ਮੁਬਾਰਕਾਂ ਥੀ ਗਿਆ ਸਾਰਿਆਂ ਕੋ ਅੱਜ ਆਖਰੀ ਦਿਨ ਹੈ ਦੇ ਬਹੁ ਬਈ ਅਸਾਂ ਜਰ ਹੈ ਦਾ ਤੁਸਾਂ ਜਰ ਹੈ ਦਿਖਾਉਂਦੇ ਪਏ ਅਸਾਂ ਵੀਡੀਓ ਅਸਾਂ ਇੱਟਾਂ ਦਾ ਚਾਕ ਦੇਸੇ ਮਹੀਨਾ ਠੀਕ ਹੈ ਇਹ ਆ ਤੈਨੂੰ ਖੜੀ ਸੀਆਂ ਸਾਡਾ ਭੈਣੀ ਭਾਈ ਕੋਈ ਵੀ ਰਲ ਮਿਲਦੇ ਅਸਾਂ ਔਰਤਾਂ ਹੈ ਮੇਰੀ ਬੇਟੀ ਵੀ ਹੈ ਮੈਂ ਵੀ ਹਾਂ ਅਸਾਂ ਹੁਣ ਤੱਕ ਐਠਾ ਸਾਰਾ ਖਾਲੀ ਦਿਖਾ ਦਿੱਤੇ ਸੀ ਅਸਾਂ ਕਿੱਥੋਂ ਮੰਨੂ ਅਸਾਂ ਇਤਨੇ ਮਜ਼ਬੂਰ ਹੈ ਡਾਢੇ ਮਜ਼ਬੂਰ ਹੈ ਹੀ ਕਿਨੂੰ ਵਾਸ਼ਰੂਮ ਕਿਨੂੰ ਅਸਾਂ ਇਤਨੇ ਮਜ਼ਬੂਰ ਹੈ ਅਸਾਂ ਮਾਂ ਬੇਟੀ ਚਲੋ ਜਵਾਨ ਤਾਂ ਚੱਲੇ ਨਵੇਂ ਤੇ ਬਾਹਰ ਔਰਤਾਂ ਦਾ ਹੁਣ ਨਹੀਂ ਵਾਂਝ ਸਕਦਾ ਤਾਂ ਅਸਾਂ ਮਹੀਨਾ ਸੀ ਇਹ ਚਾਹ ਦੇ ਖੜਾ ਦਿੱਤੇ ਸੀ ਹੁਣ ਜਰਾ ਕੋ ਸਾਡੇ ਕੋਲ ਫੁਰਸਾ ਤਈ ਉਹ ਅਸਾਂ ਸਿੱਲਾਂ ਇੱਟਾਂ ਚਾਹ ਕੀਤੇ ਸੀ ਹੁਣ ਵੱਲ ਅੱਜ ਮਿਸਤਰੀ ਦੀ ਬਈ ਮਜ਼ਦੂਰ ਵੀ ਥੀ ਗਈ ਰੇਤ ਵੀ ਥੀ ਗਏ ਦਰਵਾਜ਼ੇ ਵੀ ਥੀ ਗਏ ਦੇ ਰੇਟ ਵੀ ਥੀ ਗਏ ਇਹ ਵੀ ਭੈਣੀ ਭਾਈ ਸਾਡੇ ਸਾਰੇ ਰਲਦੇ ਰਲ ਮਿਲਦੇ ਸਾਡੀ ਥੋਲੀ ਥੋਲੀ ਵੀ ਸਪੋਰਟ ਕਰੇ ਸੋਚਾ ਸਾਡਾ ਇਹ ਮਜ਼ਬੂਰੀ ਸਾਡੀ ਦੂਤੀ ਵੇ ਸੀ ਇਹ ਸਭ ਉਹ ਮਜ਼ਬੂਰ ਹੈ ਅਸਾਂ ਮਾਂ ਬੇਟੀ ਹੁਣ ਸਾਡਾ ਬੇਟਾ ਆਮਨੇ ਦਸ਼ੋਦਿਆ ਬਾਹਰ ਨਹੀਂ ਵਹਿ ਸਕਦਾ ਅਦਿਨ ਅਮਾ ਅਸਾਂਖੇ ਸਾਡਾ ਧੀਆਂ ਭੈਣੀ ਜਦਾਂ ਪੈਣ ਸਾਡਾ ਕੋਈ ਮਦਦ ਕਰਦੇ ਸੀ ਤਾਂ ਇਨਸ਼ਾ ਅੱਲਾਹ ਅਸਾਂ ਉਹਨਾਂ ਕੋਲ ਡਾਢੀ ਦੁਆ ਕਰੇ ਸੀ ਸਾਡੇ ਵਾਸ਼ਰੂਮ ਬਣਵੇ ਸੀ ਇਹ ਸਾਡੀ ਮਜ਼ਬੂਰੀ ਦੂਤੀ ਵੇ ਸੀ ਇਹ ਸਾਡੇ ਬਹੁ ਮਜ਼ਬੂਰ ਦੇ ਤੰਗ ਖੜਿਆ ਹੈ ਸਾਡੇ ਚਲੋ ਮਹੀਨਾ ਥੀ ਗਏ ਦੇ ਅਸਾਂ ਇਹ ਬੜਵਾ ਗਏ ਨੂੰ ਥੋੜ੍ਹੀ ਥੋੜ੍ਹੀ ਰਲ ਕੇ ਮੇਰੇ ਪਿਆਰੇ ਭੈਣ ਭਾਈ ਤੁਸੀਂ ਸਪੋਰਟ ਕਰ ਸੋ
ਜੋ ਮੇਰੀ ਬੇਗਮ ਸਾਹਿਬਾ ਕਹਿੰਦੀ ਹੈ ਸਾਡੀ ਆਹ ਮਜ਼ਦੂਰੀ ਬਹੁਤ ਹੈਗੀ, ਅਸੀਂ ਜੋ ਹੈ ਇੱਟਾਂ ਤੋਂ ਚੁਕਾ ਲਿਆ। ਤੋ ਮੇਰੇ ਪਿਆਰੇ ਭੈਣ ਭਾਈਓ, ਅਸੀਂ ਰੇਤ ਵੀ ਲੈਣੀ ਹੈ, ਸੀਮਿੰਟ ਵੀ ਲੈਣੀ ਹੈ, ਸਾਡੇ ਕੋਲ ਜਿਤਨਾ ਸਰਮਾਇਆ ਸੀ ਉਹ ਤਾਂ ਅਸੀਂ ਚਲੋ ਮੰਗਾ ਲਿਆ। ਤੋ ਥੋੜ੍ਹੀ ਥੋੜ੍ਹੀ ਤੁਸੀਂ ਰਲ ਕੇ ਮੇਰੇ ਪਿਆਰੇ ਭੈਣ ਭਾਈਓ, ਮੇਰੇ ਭਤਰੀਜੇ ਦੇਖਦੇ ਪਿਓ, ਸਾਡੀ ਆਹ ਮਜ਼ਬੂਰੀ ਬਹੁਤ ਹੈਗੀ ਵਾਸ਼ਰੂਮ ਵਾਲੀ, ਕਿਉਂ ਜੋ ਇਹ ਬੇਗਮ ਸਾਹਿਬਾ ਹੁਣ ਬਾਹਰ ਜੋ ਹੈ ਐਠਾ ਖਾਲੀ ਹੋ ਗਿਆ, ਕਿਸੇ ਪਾਸੇ ਜਾ ਨਹੀਂ ਸਕਦੇ। ਤੋ ਅਸੀਂ ਕੋਈ ਦਰਵਾਜ਼ੇ ਵੀ ਲੈਣੇ ਨੇ ਉਹ ਵੀ ਲੈ ਲਉਂਗੇ, ਤੋ ਜੋ ਰੇਤ ਹੈ ਟਰਾਲੀ ਵੀ ਉਹ ਵੀ ਮੰਗਵਾ ਲੈਂਗੇ, ਸੀਮਿੰਟ ਵੀ ਮੰਗਵਾ ਲੈਂਗੇ। ਤੁਸੀਂ ਰਲ ਕੇ ਮੇਰੇ ਪਿਆਰੇ ਭੈਣ ਭਾਈਓ ਸਾਡੀ ਥੋੜ੍ਹੀ ਥੋੜ੍ਹੀ ਸਪੋਰਟ ਕਰ ਸੋ, ਤੋ ਮੈਂ ਜੋ ਹੈ ਵਾਸ਼ਰੂਮ ਵਾਲਾ ਕੰਮ ਜੋ ਹੈ ਮੈਂ ਚਾਲੂ ਕਰਾ ਦੂੰਗਾ, ਚਲੋ ਮਿਸਤਰੀ ਬਿਠਾ ਲੂੰਗਾ, ਤੋ ਮੈਂ ਇਹ ਬਣਵਾ ਲੂੰਗਾ। ਅੱਲਾਹ ਤਾਲਾ ਆਪਕੋ ਖੁਸ਼ ਰੱਖੋ। ਮੇਰੇ ਪਿਆਰੇ ਭੈਣ ਭਾਈਓ, ਇੱਕ ਮੇਰੀ ਭੈਣ ਨੇ ਮੇਰੀ ਇਹ ਮਦਦ ਕੀਤੀ ਸੀ, ਮੈਂ ਉਹਦੇ ਵਾਸਤੇ ਬਹੁਤ ਦੁਆ ਮੰਗਦਾ ਪਿਓ। ਉਹਨਾਂ ਮੇਰੀ ਮਦਦ ਕੀਤੀ ਸੀ, ਮੈਂ ਇੱਟਾਂ ਵੀ ਲੈ ਲਿਆ, ਘਰ ਦੇ ਮੇਰੇ ਦਾਣੇ ਨਹੀਂ ਸੀ, ਤੋ ਮੈਂ ਦਾਣੇ ਵੀ ਲੈ ਲਏ ਸੀ, ਤੇ ਇੱਕ ਮੈਂ ਲੇਲੀ ਵੀ ਲੈ ਆਇਆ ਸੀ। ਤੋ ਹੁਣ ਬਾਕਾਇਆ ਮੇਰੇ ਭੈਣ ਭਾਈ ਜਿਹੜੇ ਤੁਸੀਂ ਬਾਕੀ ਵਾਲੇ ਦੇਖਦੇ ਪਿਓ, ਤੁਸੀਂ ਸਾਰੇ ਥੋੜ੍ਹੀ ਥੋੜ੍ਹੀ ਮੇਰੀ ਰਲ ਕੇ ਸਪੋਰਟ ਕਰ ਸੋ, ਤੋ ਮੈਂ ਜੋ ਹੈ ਦਰਵਾਜ਼ੇ ਵੀ ਲੈਣੇ ਨੇ, ਤੋ ਸੀਮਿੰਟ ਵੀ ਮੈਂ ਲੈ ਲੂੰਗਾ, ਰੇਤ ਵੀ ਚੁਕਾ ਲੂੰਗਾ, ਕੰਮ ਮੇਰਾ ਜੋ ਹੈ ਰੁਕਾ ਪਿਆ ਹੈ। ਤੋ ਮੇਰਾ ਵਾਸ਼ਰੂਮ ਬਣ ਜਾ ਸੀ, ਬਹੁਤ ਮੁਝੇ ਪਰੇਸ਼ਾਨੀ ਹੈਗੀ ਵਾਸ਼ਰੂਮ ਵਾਲੀ। ਤੋ ਮੇਰੇ ਪਿਆਰੇ ਭੈਣ ਭਾਈ, ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ। ਮੇਰੇ ਭਤਰੀਜੇ ਦੇਖਦੇ ਪਿਓ, ਤੋ ਮੇਰੇ ਭਾਈ ਦੇਖਦੇ ਪਿਓ, ਮੇਰੀਆਂ ਭੈਣੀ ਦੇਖਦਿਆਂ ਪਿਓ, ਤੁਸੀਂ ਹੁਣ ਮੇਰੀ ਥੋੜ੍ਹੀ ਥੋੜ੍ਹੀ ਹੈਲਪ ਕਰ ਸੋ, ਜੋ ਬੇਗਮ ਸਾਹਿਬਾ ਮੇਰੀ ਜੋ ਹੈ ਪਰੇਸ਼ਾਨ ਖੜੀ ਹੈ। ਮੈਂ ਬੇਗਮ ਸਾਹਿਬਾ ਨੂੰ ਆਖਿਆ ਹੈ, ਜੋ ਬੇਗਮ ਸਾਹਿਬਾ ਤੂੰ ਪਰੇਸ਼ਾਨ ਨਾ ਹੋ, ਆਪਣਾ ਜੋ ਭਾਈ ਦੇਖਦੇ ਪਏ ਨੇ, ਤੋ ਆਪਣੇ ਭਤਰੀਜੇ ਦੇਖਦੇ ਪਏ, ਥੋੜ੍ਹੀ ਥੋੜ੍ਹੀ ਆਪਣੀ ਮੇਰੀ ਇਹ ਦਰਖਾਸਤ ਹੈਗੀ ਤੁਹਾਡੇ ਵਾਸਤੇ, ਤੁਸੀਂ ਮੇਰੀ ਥੋੜ੍ਹੀ ਥੋੜ੍ਹੀ ਜੋ ਹੈ ਹੈਲਪ ਕਰ ਸੋ, ਤੋ ਮੇਰਾ ਵਾਸ਼ਰੂਮ ਬਣ ਜਾ ਸੀ। ਮੈਂ ਬਹੁਤ ਪਰੇਸ਼ਾਨ ਹਾਂ, ਵਾਸ਼ਰੂਮ ਮੈਂ ਨਹੀਂ ਬਣਵਾ ਸਕਦਾ, ਮੈਂ ਤੋ ਹੈ ਤਾਜ਼ੀ ਆਲਾ। ਤੋ ਅੱਲਾਹ ਤਾਲਾ ਆਪਕੋ ਖੁਸ਼ ਰੱਖੇ। ਤੋ ਮੇਰਾ ਤਾਂ ਗੁਜ਼ਾਰਾ ਘਰ ਦਾ ਬੜਾ ਔਖਾ ਹੁੰਦਾ ਹੈ, ਤੋ ਅੱਲਾਹ ਤਾਲਾ ਆਪਕੋ ਖੁਸ਼ ਰੱਖੇ। ਜਾਣੇ ਮਦੀਨਾ ਵਾਲਾ ਜੋ ਹੈ ਤੁਸੀਂ ਰਲ ਕੇ ਮੇਰੀ ਸਪੋਰਟ ਕਰ ਸੋ। ਮੇਰੇ ਮੈਂ ਆਹ ਲੈ ਲਿਆ, ਦੋ ਲੈ ਲਿਆ ਸੀ, ਇੱਕ ਲੈ ਲਈ ਸੀ ਮੇਰੀ, ਆਹ ਲੈ ਲਈ ਮੇਰੀ ਬਾਗ ਦੀ ਸੀ, ਮੈਂ ਇੱਕ ਮੇਰੀ ਭੈਣ ਨੇ ਮੇਰੀ ਮਦਦ ਕੀਤੀ ਸੀ, ਉਹਨੇ ਮੇਰੀ ਸਪੋਰਟ ਕੀਤੀ ਸੀ, ਮੈਂ ਇੱਕ ਹੋਰ ਲਿਆਇਆ। ਤਾਂ ਅੱਲਾਹ ਤਾਲਾ ਖੁਸ਼ ਰੱਖੇ। ਜੋ ਤੋ ਇਹ ਦੋ ਲੈ ਲਿਆ ਲੈ ਲਿਆ, ਤੋ ਮਾਸ਼ਾਅੱਲਾ ਇਹ ਤੋਂ ਸਾਲ ਪਾ ਲਓ 6 ਮਹੀਨੇ, ਤੋ 15,000 ਦੀ ਇੱਕ ਬਣ ਜਾ ਸੀ, ਚਲੋ 31,000 ਬਣ ਜਾ ਸੀ, 30,000 ਨਾਲ ਤਾਂ ਗੁਜ਼ਾਰਾ ਨਹੀਂ ਸੀ। ਇੱਕ ਮੇਰੀ ਬੇਟੀ ਵੀ ਮੇਰੇ ਕੋਲ ਬੈਠੀ ਹੋਈ ਹੈ ਮਾਸ਼ਾਅੱਲਾ, ਉਹਦੇ ਮੈਂ ਜਾਇਜ਼ ਵਾਸਤੇ ਵੀ ਜੋ ਹੈ ਨਾ ਇਹ ਬਣਾਉਂਦਾ ਪਿਆ। ਜੋ ਮੇਰੇ ਪਿਆਰੇ ਭੈਣ ਭਾਈ ਦੇਖਦੇ ਪਿਓ, ਤੋ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ। ਤੋ ਮੈਂ ਜੋ ਹੈ ਨਾ ਬੇਟੀ ਦੀ ਮੰਗਣੀ ਵੀ ਕਰ ਦਿੱਤੀ ਹੈ ਇੱਕ ਹੋਰ ਜਾ, ਅਤੇ ਅੱਲਾਹ ਤਾਲਾ ਉਹਨਾਂ ਨੇ ਇਹਨੂੰ ਮੈਂ ਮੋਹਲਤ ਕੀਤੀ ਹੈ, 6 ਮਹੀਨੇ 6-7 ਮਹੀਨੇ ਦੀ ਮੋਹਲਤ ਕੀਤੀ ਹੈ ਮੈਂ। ਤੋ ਉਹ ਕਹਿੰਦੇ ਨੇ ਬਾਬਾ ਤੇਰਾ ਚੈਨਲ ਹੈ, ਤੇਰੇ ਕੋਈ ਭੈਣ ਭਾਈ ਦੇਖਦੇ ਪੈਣ, ਤੇਰੇ ਭਤਰੀਜੇ ਦੇਖਦੇ ਪੈਣ, ਤੇਰੀ ਥੋੜ੍ਹੀ ਥੋੜ੍ਹੀ ਸਪੋਰਟ ਕਰ ਸਨ, ਤੂੰ ਬੇਟੀ ਦਾ ਜੋ ਹੈ ਜਹੇਜ਼ ਵੀ ਤੈਨੂੰ ਤੂੰ ਬਣਵਾ ਲਵੀਂ। ਮੈਂ ਕਿ ਮੇਰੇ ਭੈਣ ਭਾਈ ਦੇਖਦੇ ਪਏ, ਅੱਲਾਹ ਤਾਲਾ ਉਹਨਾਂ ਨੂੰ ਖੁਸ਼ ਰੱਖੇ। ਉਹ ਮੇਰੀ ਥੋੜ੍ਹੀ ਥੋੜ੍ਹੀ ਜਿਹੜੇ ਨਾ ਸਾਰੇ ਰਲ ਕੇ ਮੈਂ ਉਹਨਾਂ ਵਾਸਤੇ ਬਹੁਤ ਦੁਆ ਮੰਗੂਗਾ, ਕਿਉਂ ਮੈਂ ਉਹਨਾਂ ਖੁਸ਼ ਰੱਖੇ। ਮੇਰਾ ਬੇਟੀ ਵਾਲਾ ਮਸਲਾ ਹੈ, ਅੱਲਾਹ ਤਾਲਾ ਆਪਕੋ ਖੁਸ਼ ਰੱਖੇ। ਜਾਣੇ ਮਦੀਨੇ ਵਾਲਾ, ਜੋ ਮੇਰਾ ਬੇਟਿਆਂ ਜੋ ਸੀ ਨਾ 4 ਸੀ, ਮੈਂ 3 ਦੀ ਸ਼ਾਦੀ ਕੀਤੀ ਹੈ, ਉਹ ਮੁਝੇ ਪਤਾ ਹੈ ਮੈਂ ਕਿਹੜੇ ਤਰੀਕੇ ਨਾਲ ਕੀਤੀ ਹੈ। ਮੈਂ ਨਾ ਤਗਾਰਿਆਂ ਚਾਹ ਕੇ ਮਜ਼ਦੂਰਿਆਂ ਕਰਕੇ ਮੈਂ ਜੋ ਹੈ ਨਾ ਬੇਟਿਆਂ ਦੀ ਸ਼ਾਦੀ ਕੀਤੀ ਹੈ। ਹੁਣ ਚੌਥੀ ਬੇਟੀ ਜੋ ਹੈ ਮੇਰੇ ਪਾਸ ਬੈਠੀ ਹੈ, ਹੁਣ ਮੈਂ ਮਜ਼ਦੂਰੀ ਕਿਨੂੰ ਬਿਲਕੁਲ ਥੱਕ ਗਿਆ ਹੂੰ, ਖੜ ਗਿਆ ਹੂੰ ਬਿਲਕੁਲ। ਘਰ ਦਾ ਜੋ ਖਰਚਾ ਹੈ ਬਹੁਤ ਔਖਾ ਹੁੰਦਾ ਹੈ, ਮਹਿੰਗਾਈ ਦਾ ਦੌਰ ਆ ਗਿਆ। ਤੋ ਜਿਹੜੇ ਮੇਰੇ ਭੈਣ ਭਾਈ ਮੇਰੀ ਬੇਟੀ ਵਾਸਤੇ ਕੋਈ ਹੈਲਪ ਕਰੇ, ਉਹ ਮੇਰੇ ਪਿਆਰੇ ਭੈਣ ਭਾਈ ਉਹ ਜਿਹੜੇ ਮੇਰੀ ਬੇਟੀ ਵਾਸਤੇ ਜਿਹੜਾ ਕੋਈ ਸਪੋਰਟ ਕਰ ਸੀ। ਪਹਿਲੇ ਮੈਂ ਬੇਟੀ ਦੀ ਮੰਗਣੀ ਕੀਤੀ ਸੀ, ਉਹ ਜੋ ਹੈ ਨਾ ਮੰਗਣੀ ਜਹੇਜ਼ ਦੀ ਵਜ੍ਹਾ ਤੋਂ ਨਾ ਟੁੱਟ ਗਈ ਸੀ।
तो अल्लाह ताला आपको खुश रखे। जो हूँ मैं 6 महीने 7 महीने की मोहलत दी है, तो इन्हें दो ले लेना तो मैं कुछ नहीं कर सकता। जेरे मेरे प्यारे बहन भाई देख दे पियो, तुसे रल मिल के जो है थोड़ी थोड़ी मेरी हेल्प कर सो, तो मैं बेटी का जो है जहेज भी ले लूँगा। तो उन्होंने मैं आख लूँगा भाई आ जाओ, मैं संभे लाया हूँ, मैं हूँ तैयार हूँ। तो अल्लाह ताला आपको खुश रखे, उन्होंने वास्ते मैं बहुत दुआ मंगूंगा। क्यों मेरे प्यारे बहन भाई देख दे प्यो, मेरे बहनी देख दे प्यो, मेरे माशाल्लाह मेरे भतरीजे देख दे प्यो। तो अल्लाह ताला उन्होंने खुश रखे, जो है थोड़ी थोड़ी तुसी रल के मेरी हेल्प कर सो, तो अल्लाह ताला आपको खुश रखे। जो है रल मिल के मेरे यहाँ परेशानियाँ हैगे ने बहुत, एक मेरी किचन नहीं हैगी, एक दूसरा मेरी सवारी नहीं हैगी, मैं किसी पासे जा नहीं सकता। तो मैं हूँ बिल्कुल साइकिल जो है मेरे को चलता नहीं। तो अल्लाह ताला आपको खुश रखे, तुसी थोड़े थोड़े रल मिल के ना मेरी सपोर्ट कर सो। मैं गरीब बंदा हूँ, मेरा कोई आज दे दौरे किसी का नहीं, आज किसे भावे कोई बहन भाई हैं, कोई सके हैं, तो जवाई हैं, वो भी नहीं पूछते, बस फोन ते उन्होंने आख दिता भाई मामा ठीक हो बस। ते कदी ये नहीं आख्या भूखा बैठा है जा भाई एदे कोल कुछ है गया जा नहीं हैगा, कोई नहीं। आज अल्लाह ताला आपको खुश रखे, जेरा कुछ होंदा है साडे कोल असी खा बने पका बने, अल्लाह ताला आपको खुश रखे। असी ता रोटी खुश रखे, एक बहन ने साड़ी थोड़ी जी हेल्प की सी, असी ता कुछ नहीं कर सकते सी, ना असी कोई सालन ले सकते सी, ना सब्जी ले सकते सी। अल्लाह ताला आपको खुश रखे। जाने मदीने वाला जेड़े मेरा मजबूर हैं, तो वो तुहानू मैं दस दिते ने, तो अल्लाह ताला आपको खुश रखे। जो साड़ी परेशानी जेड़ी हैगी यही हैगी, वाशरूम वाली हैगी, एक साड़ी सवारी नहीं हैगी, एक किचन नहीं हैगी। तो अल्लाह ताला आपको खुश रखे। बेटी जो है यदि भी मैनू परेशानी है, आज दी वीडियो जो है मैं आपको दिखा दीती है, तो अल्लाह ताला आपको खुश रखे। तो अगा फिर नवी समी, तो फिर खुदा हाफिज़।